ਇਹਦੀ ਯਾਰ 969 ਦੀ ਉਹ 90 'ਚ ਨਹੀਂ ਹੈਗੀ ਉਹ ਗੱਲਬਾਤ, ਠੀਕ ਹੈ, ਉਹਦੀ ਇਹ ਨਹੀਂ ਬੁਰਾਈ ਨਹੀਂ ਕਰਦੇ ਪਏ ਆਪਾਂ, ਪਰ ਇਹਦੀ ਵੀਡੀਓ ਬਹੁਤ ਤਕੜੀ ਆ, ਠੀਕ ਹੈ, ਹਾਂਜੀ। ਅਤੇ ਇੱਕ ਛੋਟੇ ਜ਼ਿਮੀਦਾਰ ਦੇ ਜਿੰਨੇ ਪੈਸਿਆਂ 'ਚ ਇਹ ਆਉਂਦਾ, ਠੀਕ ਹੈ ਟਰੈਕਟਰ ਇਹ? ਵੀਰ ਜੀ ਇਹਦਾ ਟਰੈਕਟਰ ਇਹਦੇ ਨਾਲ ਦੀ ਰੀਸ ਥੋੜ੍ਹੀ ਹੈਗੀ ਆ, ਜੇ ਘੱਟ ਪੈਸਿਆਂ 'ਚ ਟਰੈਕਟਰ ਇਹ ਮਿਲ ਜੇ ਆਪਾਂ ਨੂੰ ਤਾਂ ਬਹੁਤ ਵਧੀਆ ਗੱਲ ਆ, ਠੀਕ ਹੈ। ਹਾਂ, ਡੀਜ਼ਲ ਖਪਤ ਤਾਂ ਘੱਟ ਆ, ਹਰ ਚੀਜ਼ ਘੱਟ ਰਹਿੰਦਾ, ਠੀਕ ਹੈ, ਬਾਕੀ ਮੈਂਟੇਨੈਂਸ ਕੋਈ ਰਿਪੇਅਰ ਨਹੀਂ ਹੈਗੀ, ਠੀਕ ਹੈ, ਵੱਡੀ ਗੱਲ ਨਹੀਂ, ਬਹੁਤ ਵਧੀਆ ਟਰੈਕਟਰ ਚੱਲ ਰਿਹਾ, ਬਹੁਤ ਵਧੀਆ ਵੀਰ ਜੀ ਟਰੈਕਟਰ ਆ ਜੀ, ਟਰੈਕਟਰ ਦੇ ਉੱਪਰ ਕੋਈ ਲੋਡ ਨਹੀਂ ਹੈਗਾ, ਓਵਰਲੋਡ ਨਹੀਂ, ਬਸ ਅੰਡਰਲੋਡ ਚੱਲਦਾ ਪਿਆ, ਅਤੇ ਨਾ ਕੋਈ ਚੱਕਰ ਹੀ ਦੌੜਦਾ ਪਿਆ ਟਰੈਕਟਰ, ਜੋ ਉਹਦੀ 1500-1600 ਚੱਲਦਾ ਸੇਮ ਹੀ ਚੱਲੀ ਜਾਂਦਾ ਵਧੀਆ। ਅਤੇ ਕਿੰਨਾ ਕੁ ਡੀਜ਼ਲ ਖਾ ਰਿਹਾ ਮੈਂ? ਡੀਜ਼ਲ ਤਕਰੀਬਨ 16 ਕੁ ਲੀਟਰ ਦੇ ਕਰੀਬ ਖਾ ਰਿਹਾ ਇਹ ਕਿੱਲੇ ਦਾ ਮਸ਼ੀਨ ਦੇ ਉੱਪਰ ਵਧੀਆ। ਅਤੇ ਹੁਣ ਇਹ EPTO 'ਤੇ ਚੱਲ ਰਿਹਾ? ਬਿਲਕੁਲ ਹੀਟ ਚੱਲ ਰਿਹਾ ਜੀ। ਅਤੇ ਕਿੰਨੇ ਚੱਕਰ? ਚੱਕਰ 15-16 ਦੇ ਵਿੱਚ ਰੱਖੀ ਦੇ ਬਸ ਜ਼ਿਆਦਾ, ਠੀਕ ਹੈ, ਹਾਂਜੀ ਹਾਂਜੀ। ਅਤੇ ਪ੍ਰੈਸ਼ਰ? ਪ੍ਰੈਸ਼ਰ ਬਿਲਕੁਲ ਫੁੱਲ ਪ੍ਰੈਸ਼ਰ ਆ ਜੀ ਇਸ 'ਤੇ। ਅਤੇ ਕੁਤਰਾ? ਕੁਤਰਾ ਬਿਲਕੁਲ ਵਧੀਆ ਕੁਆਲਿਟੀ ਆ, ਜਿਹੜੀ ਇਹਨਾਂ ਦੀ ਪਸੰਦ ਆ ਫਾਰਮ ਵਾਲਿਆਂ ਦੀ, ਫੁੱਲ ਕੁਆਲਿਟੀ ਹੋਈ ਆ, ਠੀਕ ਹੈ, ਹਾਂਜੀ। ਅਤੇ ਹੋਰ ਤੁਹਾਨੂੰ ਇਸ ਪ੍ਰੈਸ਼ਰ 'ਚ ਕੀ ਵਧੀਆ ਲੱਗਿਆ? ਬਸ ਵਧੀਆ ਇਹੀ ਲੱਗਾ ਕਿ ਟਰੈਕਟਰ ਇੱਕ ਤਾਂ ਤੇਲ ਦਾ ਖਰਚਾ ਬਹੁਤ ਘੱਟ ਆ, ਇੱਕ ਚੱਕਰ ਡਾਊਨ ਨਹੀਂ ਕਰਦਾ, ਕਿਹਦੀ ਆਵਾਜ਼ ਨਹੀਂ ਹੈਗੀ, ਪਤਾ ਨਹੀਂ ਲੱਗਦਾ ਚੱਲਦਾ ਹੈ ਜਾਂ ਕਿੱਦਾਂ ਬੰਦ ਹੈ, ਉਹ ਬਿਲਕੁਲ ਨਹੀਂ, ਓਕੇ, ਹਾਂ ਬਹੁਤ ਵਧੀਆ ਚੱਲਦਾ। ਅਤੇ ਜ਼ੋਰ ਨੂੰ ਕਿਵੇਂ ਲੱਗਿਆ? ਜਿਵੇਂ ਕਿ ਪਹਿਲਾਂ ਤੁਸੀਂ ਹੋਰ ਕਿਹੜੇ ਟਰੈਕਟਰ ਵਰਤੇ ਆ? ਤਕਰੀਬਨ ਆਪਣੇ ਕੋਲ ਟਰੈਕਟਰ ਸਾਰੇ ਹੀ ਹੈਗੇ ਆ, ਕੰਪਨੀਆਂ ਦੇ ਸੋਨਾਲੀਕਾ ਵੀ ਹੈਗਾ, 90 ਵੀ, ਹੋਰ ਵੀ ਬਹੁਤ ਹੈਗੇ ਟਰੈਕਟਰ ਤਾਂ, ਠੀਕ ਹੈ, ਉਹਨਾਂ ਨਾਲੋਂ ਕਿਵੇਂ ਲੱਗਾ ਸਾਰਿਆਂ ਨਾਲੋਂ ਟਰੈਕਟਰ? ਅਤੇ ਤੋਰੇ ਕਿਵੇਂ ਲੱਗੇ ਇਹਦੇ? ਤੋਰੇ ਦੇ ਗੇਅਰ ਬਹੁਤ ਵਧੀਆ ਨੇ, ਜਿਹੜਾ ਮਰਜ਼ੀ ਮਤਲਬ ਜੋ ਆ ਤੁਹਾਡੇ ਦਿਮਾਗ 'ਚ ਆ, ਜੋ ਮਸ਼ੀਨ ਚਾਹੁੰਦੀ ਆ ਉਹ ਗੇਅਰ ਆਪਾਂ ਚਲਾ ਸਕਦੇ। ਕਿਹੜੇ ਕਿਹੜੇ ਗੇਅਰ ਤੁਸੀਂ ਚਲਾ ਕੇ ਦੇਖੀ ਹੈ? ਇਹਨੂੰ 3ਲੋ 4ਲੋ ਤੱਕ ਵੀ ਚਲਾ ਕੇ ਦੇਖਿਆ, ਬਾਕੀ ਮੱਕੀ 'ਤੇ ਡਿਪੈਂਡ ਆ ਕਿ ਮੱਕੀ ਕਿੱਦਾਂ ਦੀ ਆ। ਓਕੇ, ਅਤੇ ਹੁਣ ਜਿਵੇਂ ਆ 4 ਫੁੱਟਾਂ ਵਾਲੀ ਮਸ਼ੀਨ ਮੱਕੀ ਆ, ਗੁੱਲੀ ਵੀ ਪੂਰੀ ਭਾਰੀ ਆ, ਅਤੇ ਕਿਵੇਂ ਆ ਪ੍ਰੈਸ਼ਰ ਵੀ ਤੁਹਾਨੂੰ ਦਿਸ ਹੀ ਰਿਹਾ, ਅਤੇ ਕਿਵੇਂ ਲੱਗਿਆ ਤੁਹਾਨੂੰ ਓਵਰਆਲ ਟਰੈਕਟਰ ਇਹ? ਇਹ ਵੀਰ ਜੀ ਹੁਣ ਮੰਨ ਲਓ ਵੀ ਜਿਹੜੀ ਮੱਕੀ ਦੀ ਸਟੇਜ ਆ ਇਹ ਅੱਪ ਹੋ ਚੁੱਕੀ ਆ, ਠੀਕ ਹੈ, ਅਤੇ ਫਿਰ ਵੀ ਟਰੈਕਟਰ ਨੂੰ ਕੋਈ ਫਰਕ ਨਹੀਂ ਹੈਗਾ, ਠੀਕ ਹੈ, ਹਾਂ। ਅਤੇ ਹੋਰ ਕੋਈ ਜ਼ਿਮੀਦਾਰ ਭਰਾਵਾਂ ਨੂੰ ਤੁਹਾਡੀ ਸਲਾਹ ਇਹਦੇ ਬਾਰੇ? ਮੈਂ ਤਾਂ ਕਹੂੰਗਾ ਵੀਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਟਰੈਕਟਰ ਤਾਂ ਚਲੋ ਮੇਰੇ ਕੋਲ ਤਾਂ ਸਾਰੇ ਹੀ ਹੈਗੇ ਆ, ਪਰ ਆਪਾਂ ਤਾਂ ਸਵਰਾਜ 969 ਦੀ ਸਲਾਹ ਦੇਵਾਂਗੇ ਤੁਹਾਨੂੰ, ਠੀਕ ਹੈ, ਤਾਂ ਡੀਜ਼ਲ ਖਰਚਾ ਬਹੁਤ ਘੱਟ ਆ, ਮੈਂ ਤਾਂ ਰੈਕ 'ਤੇ ਹੀ ਵਰਤਿਆ ਆ, ਠੀਕ ਹੈ ਜੀ, ਇਹ ਨਹੀਂ ਕਿ ਇੱਕ ਕੰਮ 'ਤੇ ਮੈਂ 3 ਕੰਮਾਂ ਨੂੰ ਪਲਾਨ।
ਵਧੀਆ ਵੀਰ ਜੀ ਟਰੈਕਟਰ ਆ ਜੀ, ਟਰੈਕਟਰ ਦੇ ਉੱਪਰ ਕੋਈ ਲੋਡ ਨਹੀਂ ਹੈਗਾ, ਓਵਰਲੋਡ ਨਹੀਂ, ਬਸ ਅੰਡਰਲੋਡ ਚੱਲਦਾ ਪਿਆ ਅਤੇ ਨਾ ਕੋਈ ਚੱਕਰ ਹੀ ਤੋੜਦਾ ਪਿਆ ਟਰੈਕਟਰ, ਜੋ ਉਹਦੀ 1500-1600 ਚੱਲਦਾ ਸੇਮ ਹੀ ਚੱਲੀ ਜਾਂਦਾ ਵਧੀਆ। ਅਤੇ ਕਿੰਨਾ ਕੁ ਡੀਜ਼ਲ ਖਾ ਰਿਹਾ ਮੈਂ? ਡੀਜ਼ਲ ਤਕਰੀਬਨ 16 ਕੁ ਲੀਟਰ ਦੇ ਕਰੀਬ ਖਾ ਰਿਹਾ ਇਹ ਕਿੱਲੇ ਦਾ ਮਸ਼ੀਨ ਦੇ ਉੱਪਰ ਵਧੀਆ। ਅਤੇ ਹੁਣ ਇਹ ਈ ਪੀ ਟੀ ਓ 'ਤੇ ਚੱਲ ਰਿਹਾ? ਬਿਲਕੁਲ ਈ 'ਤੇ ਚੱਲ ਰਿਹਾ ਜੀ। ਅਤੇ ਕਿੰਨੇ ਚੱਕਰ? ਚੱਕਰ 1500-1600 ਦੇ ਵਿੱਚ ਵਿੱਚ ਰੱਖੀ ਦੇ, ਬਸ ਜ਼ਿਆਦਾ ਨਹੀਂ। ਠੀਕ ਹੈ, ਹਾਂਜੀ ਹਾਂਜੀ। ਅਤੇ ਪ੍ਰੈਸ਼ਰ? ਪ੍ਰੈਸ਼ਰ ਬਿਲਕੁਲ ਫੁੱਲ ਪ੍ਰੈਸ਼ਰ ਆ ਜੀ ਇਸ 'ਤੇ। ਅਤੇ ਕੁਤਰਾ? ਕੁਤਰਾ ਬਿਲਕੁਲ ਵਧੀਆ ਕੁਆਲਿਟੀ ਆ, ਜਿਹੜੀ ਇਹਨਾਂ ਦੀ ਪਸੰਦ ਆ ਫਾਰਮ ਵਾਲਿਆਂ ਦੀ, ਫੁੱਲ ਕੁਆਲਿਟੀ ਹੋਈ ਆ। ਠੀਕ ਹੈ, ਹਾਂਜੀ। ਅਤੇ ਹੋਰ ਤੁਹਾਨੂੰ ਇਸ 69 ਸ਼ਟਲ 'ਚ ਕੀ ਵਧੀਆ ਲੱਗਿਆ? ਬਸ ਵਧੀਆ ਇਹੀ ਲੱਗਾ ਕਿ ਟਰੈਕਟਰ ਇੱਕ ਤਾਂ ਤੇਲ ਦਾ ਖਰਚਾ ਬਹੁਤ ਘੱਟ ਆ, ਇੱਕ ਚੱਕਰ ਡਾਊਨ ਨਹੀਂ ਕਰਦਾ, ਕਿਹਦੀ ਆਵਾਜ਼ ਨਹੀਂ ਹੈਗੀ, ਪਤਾ ਨਹੀਂ ਲੱਗਦਾ ਚੱਲਦਾ ਹੈ ਜਾਂ ਕਿੱਦਾਂ ਬੰਦ ਹੈ, ਉਹ ਬਿਲਕੁਲ ਨਹੀਂ। ਓਕੇ, ਹਾਂ ਬਹੁਤ ਵਧੀਆ ਚੱਲਦਾ। ਅਤੇ ਜ਼ੋਰ ਨੂੰ ਕਿਵੇਂ ਲੱਗਿਆ, ਜਿਵੇਂ ਕਿ ਪਹਿਲਾਂ ਤੁਸੀਂ ਹੋਰ ਕਿਹੜੇ ਟਰੈਕਟਰ ਵਰਤੇ ਆ? ਤਕਰੀਬਨ ਆਪਣੇ ਕੋਲ ਟਰੈਕਟਰ ਸਾਰੇ ਹੈਗੇ ਆ, ਕੰਪਨੀਆਂ ਦੇ ਸੋਨਾਲੀਕਾ ਵੀ ਹੈਗਾ, 90 ਵੀ, ਹੋਰ ਵੀ ਬਹੁਤ ਹੈਗੇ ਟਰੈਕਟਰ ਤਾਂ। ਠੀਕ ਹੈ, ਉਹਨਾਂ ਨਾਲੋਂ ਵਧੀਆ ਲੱਗਾ ਸਾਰਿਆਂ ਨਾਲੋਂ ਟਰੈਕਟਰ ਇਹ। ਅਤੇ ਤੋਰੇ ਕਿਵੇਂ ਲੱਗੇ ਇਹਦੇ? ਤੋਰੇ ਦੇ ਗੇਅਰ ਬਹੁਤ ਵਧੀਆ ਨੇ, ਜਿਹੜਾ ਮਰਜ਼ੀ ਮਤਲਬ ਜੋ ਆ ਤੁਹਾਡੇ ਦਿਮਾਗ 'ਚ ਆ, ਜੋ ਮਸ਼ੀਨ ਚਾਹੁੰਦੀ ਆ ਉਹ ਗੇਅਰ ਆਪਾਂ ਚਲਾ ਸਕਦੇ। ਕਿਹੜੇ ਕਿਹੜੇ ਗੇਅਰ ਤੁਸੀਂ ਚਲਾ ਕੇ ਦੇਖੀ ਹੈ? ਇਹਨੂੰ 3ਲੋ 4ਲੋ ਤੱਕ ਵੀ ਚਲਾ ਕੇ ਦੇਖਿਆ, ਬਾਕੀ ਮੱਕੀ 'ਤੇ ਡਿਪੈਂਡ ਆ ਕਿ ਮੱਕੀ ਕਿੱਦਾਂ ਦੀ ਆ। ਓਕੇ, ਅਤੇ ਹੁਣ ਜਿਵੇਂ ਆ 4 ਖੁੱਡਾਂ ਵਾਲੀ ਮਸ਼ੀਨ ਮੱਕੀ ਆ, ਗੁੱਲੀ ਵੀ ਪੂਰੀ ਭਾਰੀ ਆ, ਅਤੇ ਕਿਵੇਂ ਆ ਪ੍ਰੈਸ਼ਰ ਵੀ ਤੁਹਾਨੂੰ ਦਿਸ ਹੀ ਰਿਹਾ, ਅਤੇ ਕਿਵੇਂ ਲੱਗਿਆ ਤੁਹਾਨੂੰ ਓਵਰਆਲ ਟਰੈਕਟਰ ਇਹ? ਇਹ ਵੀਰ ਜੀ ਹੁਣ ਮੰਨ ਲਓ ਵੀ ਜਿਹੜੀ ਮੱਕੀ ਦੀ ਸਟੇਜ ਆ ਇਹ ਅੱਪ ਹੋ ਚੁੱਕੀ ਆ। ਠੀਕ ਹੈ, ਅਤੇ ਫਿਰ ਵੀ ਟਰੈਕਟਰ ਨੂੰ ਕੋਈ ਫਰਕ ਨਹੀਂ ਹੈਗਾ। ਠੀਕ ਹੈ, ਹਾਂ। ਅਤੇ ਹੋਰ ਕੋਈ ਜ਼ਿਮੀਂਦਾਰ ਭਰਾਵਾਂ ਨੂੰ ਤੁਹਾਡੀ ਸਲਾਹ ਇਹਦੇ ਬਾਰੇ? ਮੈਂ ਤਾਂ ਕਹੂੰਗਾ ਵੀਰ ਜੀ, ਆਉਣ ਵਾਲੇ ਸਮੇਂ ਦੇ ਵਿੱਚ ਟਰੈਕਟਰ ਤਾਂ ਚਲੋ ਮੇਰੇ ਕੋਲ ਤਾਂ ਸਾਰੇ ਹੀ ਹੈਗੇ ਆ, ਪਰ ਆਪਾਂ ਤਾਂ ਸਵਰਾਜ 969 ਦੀ ਸਲਾਹ ਦੇਵਾਂਗੇ ਤੁਹਾਨੂੰ। ਠੀਕ ਹੈ, ਤਾਂ ਡੀਜ਼ਲ ਖਰਚਾ ਬਹੁਤ ਘੱਟ ਆ, ਮੈਂ ਤਾਂ ਰੈਕ 'ਤੇ ਹੀ ਵਰਤਿਆ ਆ। ਠੀਕ ਹੈ ਜੀ, ਇਹ ਨਹੀਂ ਕਿ ਇੱਕ ਕੰਮ 'ਤੇ ਮੈਂ 3 ਕੰਮਾਂ ਨੂੰ ਪਲਾਨ। ਮੇਰਾ ਜੀ ਵੀਰ ਜੀ ਪਿੰਡ ਹੈਗਾ ਬੱਗੂ ਵਾਲਾ ਡਿਸਟ੍ਰਿਕਟ ਫਿਰੋਜ਼ਪੁਰ, ਨਾਮ ਮੇਰਾ ਹੈਗਾ ਹਰਵਿੰਦਰ ਸਿੰਘ, ਫੋਨ ਨੰਬਰ ਮੇਰਾ ਹੈਗਾ 9592-23-4715। ਕੋਈ ਵੀ ਮੇਰੇ ਨਾਲ ਵੀ ਸੰਪਰਕ ਕਰ ਸਕਦਾ, 969 ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਇਹਨਾਂ ਮਸ਼ੀਨਾਂ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ। ਠੀਕ ਹੈ, ਬਹੁਤ ਬਹੁਤ ਧੰਨਵਾਦ। ਧੰਨਵਾਦ।